ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਫਾਰਮ ਹਾਊਸ। ਹੋਪ ਸੋ ਸਾਰੇ ਵਿਊਅਰਸ ਬਹੁਤ ਵਧੀਆ ਹੋਵੋਗੇ। ਲਓ ਜੀ, ਸਵੇਰ ਦਾ ਟਾਈਮ ਆ 1 ਤਰੀਕ ਆ, ਅਤੇ ਇੱਧਰ ਧਾਰ ਚੋਰੇ ਨੇ ਕਰਦੇ ਚੋਲੀ ਧਾਰ ਚੋਰੇ ਹੋ, ਜੁੱਤਾ ਨਹੀਂ ਲਾਇਆ ਨਹੀਂ, ਇਹ ਬਹੁਤ ਔਖੀ ਲਾਉਂਦੀ ਆ। ਅਬੀਰ ਵਾਲੀ ਵੀਡੀਓ ਵੀ ਤਾਂ ਮੇਰੇ ਹੱਥ ਹੀ ਪੈ ਜਾ, ਮੇਰੇ ਡੈਡੀ ਦੇ ਹੱਥ ਹੀ ਪੈ ਜਾ, ਮੈਂ ਤੈਨੂੰ ਫੀਕਾ ਖੜ ਲੈ ਕੇ ਆਊਂਗਾ। ਹੈ ਪਤਾ ਨਹੀਂ, ਦੇਖੀ ਨਹੀਂ ਤੁਸੀਂ ਨੇ ਜੀ ਉਹ? ਮੈਂ ਦਿਖਾਉਂਦੀ ਹਾਂ ਤੁਹਾਡੇ ਵਾਲੇ ਫੋਨ 'ਚ, ਮੈਂ ਲੈ ਕੇ ਆਈ। ਹਾਂਜੀ ਮੈਂ ਦਿਖਾਉਂਦੀ ਹਾਂ। ਕਹਿੰਦੇ ਗੱਲ ਮੈਂ ਗਾਂ ਨੂੰ ਵੀ ਕਹਿ ਸਕਦਾ ਸੀ, ਪਰ ਉਹਦੇ ਨਾਲ ਮੇਰੀ ਬਣਦੀ ਕੋਈ ਨਾ, ਮੈਨੂੰ ਪੂਛਾ ਮਾਰਦੀ ਆ। ਚਲੋ ਉੱਧਰ ਨਵੂ ਹੋਣੀ ਵੀ ਜਾ ਰਹੀ ਨੇ ਜੇ ਸਕੂਲ, ਜਾ ਕੇ ਛੇੜ ਕੇ ਆਵਾਂ ਉਹਨੂੰ। ਹਾਂਜੀ ਹਾਂ ਮੈਂ ਬਣਾ ਕੇ ਲੈ ਕੇ ਆਈ। ਚਲੋ ਜੀ ਆਪਾਂ ਜਾਂਦੇ ਹਾਂ ਉੱਧਰ ਨਵੂ ਨੂੰ ਵੇਖਣ ਵਾਸਤੇ। ਉਹ ਜਾ ਰਹੇ ਨੇ, ਉਹ ਤਾਂ ਉਹ ਸੜਕ ਤੱਕ ਵੀ ਪਹੁੰਚ ਗਏ। ਹਾਏ ਆ ਰੁਕੋ ਮੈਡਮ, ਮਜ਼ਾਕ ਤਾਂ ਉਡਾ ਲੈਣ ਦਿਓ, ਨਵੂ ਦੇ ਹਾਲ 'ਚ ਤਾਂ ਪਵਾ ਲੈਣ ਦਿਓ। ਨਵੂ ਕਿਵੇਂ ਦਾ ਫੀਲ ਹੋ ਰਿਹਾ? ਅਸੀਂ ਨਵੂ ਦਾ ਐਕਸਪੀਰੀਅੰਸ ਪੁੱਛਣ ਆਏ ਹਾਂ ਅੱਜ। ਨਵੂ ਦੀ ਇੰਟਰਵਿਊ ਹੋ ਰਹੀ ਆ, 1 ਮਹੀਨਾ 1.5 ਮਹੀਨੇ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਜਾਣਾ, ਕੀ ਐਕਸਪੀਰੀਅੰਸ ਹੋ ਰਿਹਾ ਤੇਰਾ, ਕਿਵੇਂ ਦਾ ਫੀਲ ਹੋ ਰਿਹਾ? ਵਧੀਆ, ਉਹਦਾ ਸਕੂਲ ਜਾ ਕੇ ਪਤਾ ਚੱਲੂਗਾ। ਉਹ ਤੂੰ ਪ੍ਰੋਜੈਕਟ ਜਦੋਂ ਲੈ ਕੇ ਨਹੀਂ ਗਈ ਹੈਗੀ, ਹੈ ਦਾਦੂ ਨੂੰ ਵੀ ਨੀ ਮਿਲ ਕੇ ਅੱਜ ਤਾਂ ਕੁੜੀ? ਬਹੁਤ ਜ਼ਿਆਦਾ ਬਹੁਤ ਛੁੱਟੀ ਇੰਜੋਏ ਕਰ ਲਈਆਂ ਅੱਜ। ਅੱਜ ਤਾਂ ਅਸੀਂ ਪੀਜ਼ੇ ਆਰਡਰ ਕਰਨੇ ਨੇ ਦੁਪਹਿਰ ਦੇ ਟਾਈਮ। ਓਹੋ, ਇਹ ਅਰਮਾਨ ਜਿਹੜਾ ਤੁਹਾਡਾ ਨਾ ਗਲਤ ਸੀਗਾ, ਉਹਨੇ ਪਹਿਲੇ ਹੀ ਫਾਈਨਲ ਡਿਸੀਜਨ ਲੈਣਾ ਸੀਗਾ। ਚਲੋ ਕੋਈ ਨਾ, ਹੁਣ ਸੁੱਤੀ ਉੱਠੀ ਆ ਨਾ, ਚਾਹ ਚੂਹ ਪੀ ਕੇ ਹਟੀ ਆ, ਤਾਂ ਕਰਕੇ ਹਜੇ ਕੰਮ ਕਰ ਰਹੇ ਨੇ ਸਾਰੇ। ਚਲਿਆ ਕਰੋ ਜੀ, ਕਿੰਨਾ ਕੁ ਭਾਰ ਆ ਨਵੂ? ਅੱਧਾ ਕਿਲੋ ਦਾ ਟਾਈਮ ਲੱਗਦਾ ਯਾਰ। ਅੱਧਾ ਕਿਲੋ ਨਹੀਂ ਹੁੰਦਾ, 5 ਕਿਲੋ ਹੁੰਦਾ ਜਾਂ ਹੁੰਦਾ। ਸਾਡੀ ਦਿੱਲੀ ਵਰ ਕੇ ਹੋਆ ਇਹ ਕੀ ਕੀਤਾ? ਕੱਦੂ ਦੱਸ, ਕੱਦੂ ਦੱਸ ਤੇ ਰੋਡ ਤੇ ਦਾ ਰਿਹਾ। ਹੁਣ ਇਹ ਪਾਣੀ ਦਾ ਉਬਾਲ ਕੇ ਛੱਡਿਆ, ਪਾਣੀ ਦੇ ਉਬਾਲ ਕੇ ਕੱਢ ਕੇ ਬਾਅਦ ਚ ਨਿਚੋੜ ਕੇ ਨਾ ਦਹੀਂ ਰੋੜ ਕੇ ਚਲ ਆਪਾਂ ਆਈਏ ਨਹਾ ਕੇ, ਬਾਅਦ ਚ ਪ੍ਰਸ਼ਾਦੇ ਛਕੀਏ। ਹੁਣ
ਹੁਣ ਆਪਾਂ ਨੇ ਕੱਦੂਕਸ ਨੂੰ ਉਬਾਲ ਕੇ ਠੰਡਾ ਕਰ ਲਿਆ ਅਤੇ ਹੁਣ ਦੇਖੋ ਜੀ ਆਪਾਂ ਅੱਗੇ ਇਹਦਾ ਪਨੀਰ ਕਿਵੇਂ ਬਣਾਉਂਦੇ ਹਾਂ। ਹੁਣ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਤੇਲ ਗਰਮ ਨਹੀਂ ਆਪਾਂ ਨੇ ਰਾਤ ਦਹੀਂ ਜਮਾਇਆ ਸੀ ਨਾ ਜੀ, ਆਪਾਂ ਦਹੀਂ ਕੋਈ ਖਾਸ ਪਿਆ ਨਹੀਂ ਹੈਗਾ ਕਿ ਹਾਂ ਘੱਟ ਘੁੱਟ ਹੋਵੇ, ਮੇਰਾ ਪਤਾ ਚੱਲ ਰਿਹਾ ਸੈੱਟ ਨਹੀਂ ਆਉਂਦਾ ਕੁੱਟਿਆ ਤਰ੍ਹਾਂ ਸਾਰੀ ਸੈੱਟ ਨਹੀਂ ਆ ਰਿਹਾ ਉਹਦੇ ਇਹਨੂੰ ਭਾਫ ਹੋ ਗਈ। ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਵਿੱਚ ਪਾ ਕੇ। ਨਹੀਂ ਨਹੀਂ ਹਜੇ ਉਹ ਭੁੰਨੇ ਨਹੀਂ ਗਏ, ਫਿਰ ਕਾਲੇ ਜ਼ਿਆਦਾ ਨਹੀਂ ਹੋ ਜਾਣਗੇ? ਨਹੀਂ ਹਾਂ ਉਹ ਵੀ ਚੀਜ਼ ਸਹੀ ਹੈ, ਉਹ ਸਮੈਲ ਬਹੁਤ ਸੋਹਣੀ ਆਉਂਦੀ ਹੈ ਨਾ ਜੀ, ਫ੍ਰੈਗਰੈਂਸ ਵੀ ਵਧੀਆ ਆਉਂਦੀ ਹੈ ਅਤੇ ਆਪਣਾ ਉਹ ਵੀ ਹੈ ਟੇਸਟ ਵੀ ਹੋਰ ਫਿਰ ਹੁੰਦਾ। ਜੇ ਟਮਾਟਰ ਹੋਵੇ, ਟਮਾਟਰ ਆਪਣੇ ਹੈ ਨਹੀਂ, ਕੱਲ੍ਹ ਸਾਰੀ ਵਰਤ ਟਮਾਟਰ ਯਾਰ ਟੇਸਟ ਨਹੀਂ ਖਰਾਬ ਕਰ ਦਿੰਦਾ, ਨਹੀਂ ਹੋਰ ਟਮਾਟਰ ਬਹੁਤ ਸੋਹਣਾ ਲੱਗਦਾ ਸਵਾਦ, ਦੇਖਣ ਨੂੰ ਤਾਂ ਉਹ ਵੀ ਸੋਹਣਾ। ਟਮਾਟਰ ਤਾਂ ਆਪਾਂ ਕਹਿ ਦਈਏ ਬਹੁਤ ਤਰ੍ਹਾਂ ਯੂਜ਼ ਹੋ ਜਾਂਦਾ ਇਹਨਾਂ ਦੀ, ਜਿਵੇਂ ਫੇਸ 'ਤੇ ਜੇ ਆਪਾਂ ਕਹਿ ਦਈਏ ਜੇ ਲਾਈਏ ਜਿਵੇਂ ਹੁੰਦੇ ਨਹੀਂ ਹੈਗੇ ਝੂਰੇ ਜਿਹੇ ਪੈ ਜਾਂਦੇ ਆਪਾਂ ਉਹਨਾਂ ਨੂੰ ਟਮਾਟਰ ਨਾਲ ਲਿਪੇ ਜਾਂਦੇ ਹਾਂ। ਮੈਂ ਇੱਕ ਚੀਜ਼ ਵਰਤ ਕੇ ਦੇਖੀ ਸੀ ਦੋ ਤਿੰਨ ਦਿਨ ਤਿੰਨ ਚਾਰ ਦਿਨ ਵਰਤੀ ਸੀ ਉਹਨੂੰ ਰੈਗੂਲਰਲੀ ਕਰਨੀ ਪੈਂਦੀ ਹੈ ਕਿ ਚਾਰ ਨਾਲ ਫਰਕ ਪਿਆ ਸੀਗਾ ਆਪਣੇ। ਜੇ ਡਾਰਕ ਸਰਕਲਸ ਕੱਟ ਕਰਨੇ ਨੇ ਆਪਣਾ ਆਈਸਿੰਗ ਕਰੋ। ਮੈਂ ਖੀਰਾ ਰੱਖਿਆ ਸੀ, ਖੀਰਾ ਤਾਂ ਨਹੀਂ, ਖੀਰਾ ਅਜੇ ਹੌਲੀ ਕਰਦਾ, ਆਈਸਿੰਗ ਜ਼ਿਆਦਾ ਕਰਦੇ ਆ, ਰੋਜ਼ ਆਈਸਿੰਗ ਕਰਕੇ ਜਿਵੇਂ ਸਵੇਰੇ ਕਰ ਲਈ ਰਾਤ ਨੂੰ ਸੌਣ ਤੋਂ ਟਾਈਮ ਪਹਿਲਾਂ ਫਰਕ ਪੈਂਦਾ, ਫੇਸ ਦਾ ਵੀ ਗਲੋ ਆਉਂਦਾ ਆਈਸਿੰਗ ਕਰਕੇ। ਆਪਣਾ ਜੀਰਾ ਭੁੰਨ ਲਿਆ ਅੱਛੀ ਤਰ੍ਹਾਂ ਜੀ, ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲੈਣਾ ਅਤੇ ਕੱਢ ਕੇ ਆਪਾਂ ਇਹਨੂੰ ਪਾ ਲਾਂਗੇ ਆਪਣੇ ਇਹਨੂੰ ਕੁੱਟ ਕੇ ਬਣੇ ਕਿ ਐਵੇਂ ਨਹੀਂ, ਮੈਂ ਹੱਥ ਨਾਲ ਪੀਸ ਲਾਂਗੀ, ਹੱਥ ਨਾਲ ਤਿੰਨ ਹਰੀਆਂ ਵਿੱਚ ਸੋਹਣੀ ਲੱਗਦੀ ਹੈ, ਬਿਨਾ ਤੇਲ ਤੋਂ ਜਿਵੇਂ ਤਵਾ ਹੈ ਨਾ, ਤਵੇ ਦੇ ਉੱਤੇ ਰੱਖ ਕੇ ਮਾੜਾ ਜਿਹਾ ਹੀ ਹੋ ਜਾਂਦਾ ਕੱਚਾ, ਪਰ ਇਹ ਕੱਚਾਪਨ ਜ਼ਿਆਦਾ ਵਧੀਆ ਲੱਗਦਾ ਹੈ। ਠੰਡਾ ਹੋ ਜਾਏ ਕਿਉਂਕਿ ਗਰਮ ਗਰਮ ਵੀ ਹੱਥ ਚੱਲਦਾ ਨੀ ਨਾ,
ਚਲੋ ਜੀ ਹੁਣ ਇਹਦਾ ਕਲਰ ਵੀ ਚੇਂਜ ਹੋ ਜੂ ਫਿਰ ਕਰਕੇ ਥੋੜ੍ਹਾ ਜਿਹਾ ਡਿਫਰੈਂਸ ਆਉਂਦਾ ਹੀ ਹੈ ਨਚੋੜ ਕੇ ਪਾਉਂਦੇ ਨੇ ਪਰ ਜਿਵੇਂ ਜੇ ਦਹੀਂ ਆਪਣਾ ਗਾੜਾ ਹੋਵੇ ਤਾਂ ਪਾਣੀ ਨਾਲ ਹੀ ਪਾ ਦੋ ਕਿਉਂਕਿ ਕਿੰਨਾ ਗਾੜਾ ਹੋਵੇ ਤਾਂ ਇਹ ਵੀ ਫਿਰ ਵੀ ਸਮਾਰ ਕੇ ਹੁਣ ਆਪਾਂ ਇੱਕ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਤਾਂ ਕਿ ਫਿਰ ਇਹ ਥੋੜਾ ਜਿਹਾ ਹੱਲ ਹੋ ਜਾਵੇ ਆਪਣੇ ਮਤਲਬ ਕਿ ਗਾੜਾ ਜਾ ਰਿਹਾ ਤਾਂ ਪਾਣੀ ਦੁੱਧ ਨੂੰ ਮੈਂ ਰਹਿਣ ਦੀ ਨਹੀਂ ਮੈਂ ਜ਼ਿਆਦਾ ਮੁਕਾ ਲੈਂਦੀ ਹਾਂ ਹੁਣ ਇਹਦੇ ਵਿੱਚ ਆਪਣੇ ਕੋਲ ਕੋਈ ਵੀ ਮਸਾਲਾ ਪਾਉ ਪਾ ਸਕਦੇ ਪਰ ਅਸੀਂ ਸਿੱਧਾ ਸਾਦਾ ਜੀ ਬਣਾਉਂਦੇ ਹਾਂ ਨਮਕ ਹੀ ਪਾਉਂਗੀ ਬਸ ਜ਼ਿਆਦਾ ਮਸਾਲੇ ਠੀਕ ਵੀ ਨਹੀਂ ਰਹਿੰਦੇ ਹੈਗੇ ਆਪਣੀ ਸਿਹਤ ਲਈ ਕੋਈ ਵੀ ਚੀਜ਼ ਹੈਗੀ ਹੈ ਘੱਟ ਤੋਂ ਘੱਟ ਯੂਜ਼ ਕਰੋ ਜੇ ਤੁਸੀਂ ਕਰਦੇ ਹੋ ਤਾਂ ਆਪਣਾ ਜਿਵੇਂ ਘਰੇ ਬਣਾਓ ਜਿਵੇਂ ਅਸੀਂ ਘਰ ਦੀ ਮਿਰਚ ਕੱਟ ਕੇ ਸੁਕਾ ਕੇ ਦੇ ਮਿਰਚਾਂ ਨੇ ਇੱਕ ਪੈਂਦੀਆਂ ਵੀ ਘੱਟ ਨੇ ਦੂਜੀਆਂ ਪੈਂਦੀਆਂ ਵੀ ਵੱਧ ਨੇ ਹੁਣ ਇਹਦਾ ਕਲਰ ਫਿਰ ਤੋਂ ਚੇਂਜ ਹੋ ਜੂਗਾ ਮਿਸਟਰ ਕਰਕੇ ਥੋੜ੍ਹਾ ਜਿਹਾ ਔਰੇਂਜ ਬਰਾਊਨ ਬਰਾਊਨ ਸ਼ੇਡ ਜੀ ਆ ਜਾਂਦੀ ਹੈ ਹੁਣ ਇਹਨੂੰ ਕਰ ਰਹੇ ਅੱਛੀ ਤਰ੍ਹਾਂ ਹੋ ਨਹੀਂ ਰਿਹਾ ਹੈਗਾ ਇਹਨੂੰ ਥੋੜ੍ਹਾ ਥੋੜ੍ਹਾ ਪਾਣੀ ਪਵਾਵਾਂਗੇ ਥੋੜ੍ਹਾ ਥੋੜ੍ਹਾ ਮਿਕਸ ਕਰਾਂਗੇ ਫਿਰ ਇਹ ਸੈੱਟ ਆ ਜੂਗਾ ਤੁਸੀਂ ਵੀ ਆਪਣੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਤੁਹਾਡੇ ਕੋਲ ਰੈਸਿਪੀ ਹੁੰਦੀ ਹੈ ਚਾਰ ਹੋਰ ਪੈ ਨੀ ਦੇਖਦੇ ਉਹਦਾ ਕੀ ਕਰਾਂਗੇ ਮੈਂ ਉਹਨੂੰ ਪੁੱਛਾਂਗੀ ਜੇ ਉਹ ਮਿੱਠਾ ਜਿਹਾ ਬਣਾ ਲਈਏ ਕੱਦੂ ਦਾ ਮਿੱਠਾ ਹਾਂ ਮਿੱਠਾ ਕੱਦੂ ਉਹ ਬਹੁਤ ਚਲੋ ਜੀ ਫਿਰ ਮਿੱਠਾ ਕੱਦੂ ਬਣਾਓ ਖੇਤਾਂ 'ਚ ਵੀ ਕੱਦੂ ਹੈ ਘਰੇ ਵੀ ਕੱਦੂ ਹੈ ਪਰ ਇਹ ਘਰ ਦਾ ਕੱਦੂ ਹੈ ਨਾ ਕਿ ਬਾਹਰਲਾ ਮੰਡੀ ਵਾਲਾ ਮੰਡੀ ਵਾਲੇ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਕਿੰਨੇ ਦੀ ਦਵਾਈ ਹੁੰਦੀ ਹੈ ਦਵਾਈ ਵਾਲੇ ਹੁੰਦੇ ਦਵਾਈ ਵਾਲੇ ਵੀ ਹੋ ਜਾਂਦੇ ਨੇ ਹੁਣ ਮੈਂ ਸ਼ਹਿਰ 'ਚ ਰਹਿੰਦੀ ਹਾਂ ਤਾਂ ਉੱਥੇ ਦਵਾਈ ਵਾਲੇ ਜ਼ਿਆਦਾ ਟੇਸਟ ਦਾ ਹੀ ਪਤਾ ਲੱਗ ਜਾਂਦਾ ਗਲਤੀ ਨਾਲ ਵੀ ਜੀ ਅਸੀਂ ਲਾਈਟ ਹਾਂ ਗੈਸ ਬੰਦ ਕੀਤਾ ਹੋਇਆ ਕਿਤੇ ਤੁਸੀਂ ਗੈਸ ਚਲਾ ਦੋ ਦਹੀਂ ਦਾ ਹੋਰ ਕੁਛ ਹੋਰ ਹਾਊਜ਼ ਇਟ ਕਿਹੜਾ ਚਲੋ ਜੀ ਆਪਣਾ ਦਹੀਂ ਵੀ ਹੋ ਕੇ ਬਣ ਕੇ ਰੈਡੀ ਤਿਆਰ ਹੈ ਰੋਟੀ ਸਾਰੇ ਨੂੰ ਖਾ ਕੇ ਦੇਖ ਬੈਸਟ ਕੱਦੂ ਦਾ ਪਤਾ ਚੱਲਣ ਵੀ ਕੱਦੂ ਪਾਇਆ ਹੋਇਆ ਵਿੱਚ ਕੱਦੂ ਦਾ ਪਤਾ ਵੀ ਨਹੀਂ ਲੱਗਦਾ ਜੇ ਤੁਹਾਨੂੰ ਨਹੀਂ ਪਸੰਦ ਆ ਚਾਹੇ ਜੀ ਚੀਜ਼ਾਂ ਟਰਾਈ ਕਰੋ ਸਭ ਇਹ ਜੇ ਬੱਚਿਆਂ ਨੂੰ ਬਹੁਤ ਵਧੀਆ ਲੱਗੇਗਾ ਛੋਟੇ ਬੱਚਿਆਂ ਨੂੰ ਸਪੈਸ਼ਲੀ ਵਧੀਆ ਲੱਗਦੀ ਹੁੰਦੀ ਹੈ ਜੀ ਛੋਟੇ ਬੱਚੇ ਖਾਂਦੇ ਨਹੀਂ ਹੁੰਦੇ ਕਿ ਖਾਣ ਤੋਂ ਮੰਨਦੇ ਨੇ ਕੱਦੂ ਵਗੈਰਾ ਇਹ ਚੀਜ਼ਾਂ ਦੇ ਸਾਡੇ ਚੈਨਲ ਤੇ ਬਣੇ ਰਹੋ ਅਸੀਂ ਤੁਹਾਨੂੰ ਬਹੁਤ ਵਧੀਆ ਵਧੀਆ ਤਰੀਕੇ ਦੱਸਾਂਗੇ ਬੱਚਿਆਂ ਨੂੰ ਕਿਵੇਂ ਖਵਾਉਂਦੇ ਨੇ ਕਿਵੇਂ ਨਹੀਂ ਹਵਾ ਤਾਂ ਘੱਟ ਹੋਈ ਜਾਊਗੀ ਮਾਮਾ ਜੀ ਹੌਲੀ ਹੌਲੀ ਲੋ ਜੀ ਆਪਾਂ ਲੱਗ ਪੈਂਦੀਆਂ ਦੋ ਨੇ ਇਹ ਅੱਧੀ ਤਾਂ ਪਰੇਡ ਤੋਂ ਪਿੱਛੇ ਛੱਡ ਰਹੀਆਂ ਦਮਨ
ਇਹ ਕੀ ਕੰਮ ਆਪਣਾ ਸਟਾਰਟਿੰਗ ਵਧੀਆ ਨਾਲ ਸਾਰੀਆਂ ਤੋੜਨੇ ਜਿਹੜੀਆਂ ਮੋਟੀਆਂ ਮੋਟੀਆਂ ਨੇ ਉਹ ਤੋੜ ਕੇ ਸਿੱਟ ਦੇ ਠੀਕ ਆ ਇਹਨਾਂ ਦਾ ਵਿੱਚ ਰੂਪ ਵੀ ਆ ਰਹੀ ਹੈ ਭੋਪੂ ਆ ਜਾਓ ਫਰਿੰਡਾ ਤੜਾਓ ਕੰਡ ਨਾਲ ਲਵਾ ਲਿਓ ਲੜਾ ਲਿਓ ਲਵਾ ਲਿਓ ਮੋਗਰਾ ਉਹ ਨੇ ਦਿਖਾ ਦੇ ਉਧਰ ਇਹ ਫਲੀਆਂ ਨੇ ਉਧਰ ਬੇਲਾਂ ਨੇ ਆਹ ਕੱਦੂ ਦੇ ਬੇਲਾਂ ਜਿਹੜੀਆਂ ਇਹਨਾਂ ਤੋਂ ਆਪਾਂ ਨੇ ਸਬਜ਼ੀ ਅੱਜ ਮੈਂ ਸਵੇਰੇ ਵੀ ਚਾਰ ਤੋੜੇ ਸੀਗੇ ਇੱਕ ਦਾ ਅੱਜ ਦਹੀਂ ਦੇ ਵਿੱਚ ਪਾ ਕੇ ਸਾਨੂੰ ਹੁਣ ਸਵੇਰੇ ਦਿਖਾ ਰਹੇ ਸੀ ਤੇ ਬਾਕੀ ਹਜੇ ਚਾਰ ਪਏ ਨੇ ਉਹ ਮੈਂ ਕਹਿ ਰਹੀ ਸੀਗੀ ਵੀ ਆਪਾਂ ਮਿੱਠਾ ਜਿਹਾ ਬਣਾ ਲੈਂਦੇ ਹਾਂ ਉਹਦਾ ਮਾਂ ਕਹਿੰਦੀ ਵੀ ਗਰਮੀ ਬਹੁਤ ਆ ਬਾਕੀ ਦੇਖਦੇ ਹਾਂ ਹੁਣ ਤਾਂ ਮੈਂ ਘੋਟਵੇਂ ਛੋਲੇ ਦਾਲ ਬਣਾਵਾਂਗੀ ਖਾ ਕੇ ਆ ਕੇ ਟਰਿੰਡੇ ਵੀ ਨਹੀਂ ਸੋਹਣੀਆਂ ਲੱਗਦੀਆਂ ਤੋੜੋ ਤੋੜੋ ਪਿੰਡਿਆ ਤੋੜੋ ਸ਼ੁਰੂ ਦਾ ਤੇਰੇ ਮੁੱਖ ਦਾ ਹੋਇਆ ਦੇਖੋ ਮਖਿਆਲ ਦਾ ਸਸਤਾ ਲੱਗਿਆ ਆ ਜਿਹਨੇ ਉਂਗਲੀ ਕਰੀ ਹੋ ਗਿਆ ਚਲੋ ਜੀ ਹੁਣ ਅਸੀਂ ਆ ਗਏ ਚਲ ਦੇਖਦੇ ਆ ਕੀ ਬਣਦਾ ਤੇਰਾ ਲੋ ਜੀ ਸਾਢੇ 12 ਹੋ ਗਏ ਸਵੇਰ ਦੇ ਦੁਪਹਿਰ ਦੇ ਅਤੇ ਆਪਾਂ ਆਏ ਸੀਗੇ ਇੱਧਰ ਖੇਤਾਂ ਵੱਲ ਮਾਮਾ ਜੀ ਬਾਹਰ ਸੀ ਮੈਂ ਕਹਿ ਰਹੀ ਸੀ ਵੀ ਮਿੰਦੇ ਤੋਂ ਮੈਂ ਚਲਾ ਕੇ ਦੇਖਾਂ ਬਾਕੀ ਦੇਖਦੇ ਦਿੰਦੇ ਨੇ ਕਿੰਨਾ ਅਸੀਂ ਮੈਂ ਚਲਾ ਰਹੀ ਹਾਂ ਟਰੈਕਟਰ
ਨੀਤੂ ਕਰ ਦਿਆ ਗਾ ਤੁਹਾਡਾ ਪਹਿਲਾਂ ਰੂਟਾ ਵੇ ਫੇਰਿਆ ਤੁਹਾਡਾ ਥੋੜ੍ਹਾ ਹੋਰ ਲੋਟ 'ਤੇ ਇੱਕ ਪਾਸਿਓਂ ਫਸ ਗਿਆ ਬਹੁਤ ਪੁਰਾਣਾ ਸਵਾਗਾ ਇੱਕ ਪਾਸਿਓਂ ਟੁੱਟ ਗਿਆ ਆਹੋ ਮੈਂ ਕਿਹਾ ਚੱਲ ਗੇੜਾ ਦਊਗੀ ਇਹਨੇ ਲਿੰਕ ਇੱਕ ਪਾਸੇ ਉੱਚ ਚੱਕਣੀ ਪਊਗੀ ਚਲੋ ਜੀ ਆਪਾਂ ਕਰਦੇ ਆਪਣੀ ਇੱਥੇ ਵੀਡੀਓ ਨੂੰ ਐਂਡ ਕਿਉਂਕਿ ਵੀਡੀਓ ਬਹੁਤ ਬੜੀ ਹੋ ਚੁੱਕੀ ਹੈ ਤਾਂ ਕਰਕੇ ਬਾਕੀ ਬਸ ਮੈਂ ਵੀ ਹੁਣੇ ਸਾਰਾ ਇਹ ਸਾਡੇ 1.5 ਕਿੱਲੇ ਨੇ ਇਹਨੂੰ ਕਰਕੇ ਕੰਮ ਕੁੰਮ ਖਤਮ ਅਤੇ ਆਪਾਂ ਘਰ ਦੇ ਕੰਮ ਕਰਦੇ ਹਾਂ ਘਰ ਜਾ ਕੇ ਸੋ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਹ ਮਤਲਬ ਮੈਂ ਆਵਾਜ਼ ਬਾਅਦ 'ਚੋਂ ਰਿਕਾਰਡ ਕੀਤੀ ਆ ਕਿਉਂਕਿ ਫਿਰ ਟਰੈਕਟਰ ਦੀ ਆਵਾਜ਼ ਕਰਕੇ ਮੈਂ ਤਾਂ ਰਿਕਾਰਡਿੰਗ ਹੋਈ ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਲਾਈਕ ਵੀ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ ਹਾਂਜੀ ਵਧੀਆ ਵਧੀਆ ਕਮੈਂਟ ਕਰਿਓ ਚਲੋ ਜੀ ਹੁਣ ਮੈਂ